ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਠੀਕ ਠਾਕ ਸਾਰੇ? ਅਤੇ ਹਾਂਜੀ, ਅੱਜ ਆਪਾਂ ਲੱਗੇ ਹਾਂ ਆਪਣੇ ਮੋਟਰਸਾਈਕਲ ਦੇ ਟਾਇਰ ਬਦਲਣ, ਦੋਵੇਂ ਬਦਲ ਦੇਣੇ ਆਪਾਂ। ਇਹ ਆਪਾਂ ਗਏ ਹਾਂ ਫਿਰੋਜ਼ਪੁਰ, ਉੱਥੋਂ ਲੈ ਕੇ ਆਉਂਦੇ ਆ। 3000 ਦੀ ਜੋੜੀ ਆਈ ਹੈ, ਵੇਸਣੇ ਟੂਪਾਂ ਸਾਰਾ ਕੁਝ, ਅਤੇ ਲਿਆਉਂਦੇ ਤਾਂ ਵਾਹਵਾ ਦਿਨਾਂ ਦੇ, ਅਤੇ ਆਪਣੇ ਮਿਸਤਰੀ ਦਾ ਟਾਈਮ ਨਹੀਂ ਲੱਗਦਾ। ਇਹ ਆਪਣੇ ਗੁਆਂਢ ਹੀ ਆ, ਨਾਲ ਹੀ ਆ ਘਰ ਦਾ, ਵੀ ਕੰਮ ਕੁੰਮ 'ਤੇ ਜਾਂਦਾ ਚਲਾ ਜਾ ਐਤਵਾਰ ਕਰਕੇ, ਅਤੇ ਥੋੜ੍ਹਾ ਜਿਹਾ ਫ੍ਰੀ ਸੀ। ਫ੍ਰੀ ਵੀ ਕਦਾ ਮਤਲਬ ਕਿ ਜਾਣਾ ਸੀ ਕਿਤੇ ਇਹਨੇ, ਅਤੇ ਮੈਂ ਉਹਨੂੰ ਫੋਨ ਲਾਇਆ ਤਾਂ ਕਹਿੰਦਾ ਵੀ ਕੋਈ ਮੈਂ ਘਰ ਹੀ ਹਾਂ, ਥੋੜ੍ਹਾ ਲੇਟ ਹੀ ਜਾਣਾ, ਅਤੇ ਚੱਲ ਤੂੰ ਆ ਜਾ ਮੋਟਰਸਾਈਕਲ ਲੈ ਆ। ਅਤੇ ਰੋਜ਼ ਸ਼ਾਮੀ ਲੇਟ ਹੀ ਆਉਂਦਾ ਸੀ, ਅਤੇ ਮੈਂ ਚੱਲ ਇੱਕ ਤਾਂ ਥੱਕਿਆ ਟੁੱਟਿਆ ਆਉਂਦਾ ਵਾ ਕੰਮ ਤੋਂ, ਅਤੇ ਮੈਂ ਚੱਲ ਇੱਕ ਹਨੇਰਾ ਹੁੰਦਾ ਸ਼ਾਮ ਨੂੰ, ਮੈਂ ਜਿੱਦਣ ਛੁੱਟੀ ਹੋਈ ਚਲੋ ਉੱਦਣ ਹੀ ਪਵਾਵਾਂਗੇ। ਇਹ ਲੀੜੇ ਲੂੜੇ ਜੇ ਤਾਂ ਤਾਂ ਲਾਈ ਫਿਰਦਾ, ਕਿਉਂ ਇਹਨਾਂ ਨੇ ਜਾਣਾ ਸੀ ਕਿਤੇ, ਅਤੇ ਤਾਂ ਕਰਕੇ ਸਿਰ ਨੂੰ ਮਹਿੰਦੀ ਮੂੰਹਦੀ ਲਾਈ ਹੈ, ਅਤੇ ਤਾਂ ਕਰਕੇ ਆਉਂਦਾ ਵੀ ਕਿਤੇ ਕੱਪੜਿਆਂ ਨੂੰ ਨਾ ਲੱਗ ਜਾਵੇ, ਇਸ ਕਰਕੇ। ਟਾਇਰ ਆਪਣੇ ਵਾਹਵਾ ਹੀ ਖਰਾਬ ਸੀ ਦੋਵੇਂ ਨਹੀਂ, ਮਤਲਬ ਕਿ ਮਗਰਲਾ ਤਾਂ ਥੋੜ੍ਹਾ ਜਿਹਾ ਠੀਕ ਸੀ, ਅਤੇ ਅਗਲਾ ਤਾਂ ਜ਼ਿਆਦਾ ਹੀ ਕੰਡਮ ਸੀ ਕਾਮੇ ਦਾ, ਅਤੇ ਚੋਂ ਨਾ ਹਵਾ ਘੱਟ ਜਾਂਦੀ, ਘੜ ਕੇ ਨਿਕਲ ਜਾਂਦੀ ਸੀ ਤਕਰੀਬਨ ਖੜ੍ਹੇ ਖਲੋਤੇ ਦੀ। ਚਲਾਈ ਦਾ ਵੀ ਘੱਟ ਘੱਟ ਹੀ ਆ, ਮਤਲਬ ਕੰਮ ਕੁੰਮ 'ਤੇ ਕਿਤੇ ਕਿਤੇ ਹੀ ਖੜੀਦਾ ਵਾ। ਉਤਰਾ ਮੋਟਰਸਾਈਕਲ ਇੱਕ ਹੋਰ ਹੈਗਾ ਵਾ, ਇਹਨੂੰ ਕੰਮ ਕੁੰਮ ਵਾਸਤੇ ਜਿੱਥੇ ਕਿਤੇ ਮਿਲਦਾ ਹੋਵੇ ਉਦੋਂ ਆਪਾਂ ਕੰਮ 'ਤੇ ਇਹਦੇ ਨਾਲ ਇਹਦੇ ਉੱਤੇ ਚੱਲ ਜਾਈਦਾ ਵਾ। ਅਤੇ ਮੈਂ ਸੋਚਿਆ ਬਾਕੀ ਤਾਂ ਸਾਰਾ ਸਹੀ ਆ, ਇਹ ਅਤੇ ਟਾਇਰ ਥੋੜ੍ਹੇ ਜਿਹੇ ਡਾਊਨ ਹੀ ਜ਼ਿਆਦਾ ਇਹਦੇ, ਅਤੇ ਮੈਂ ਚੱਲ ਇਹ ਵੀ ਕੰਮ ਆਪਾਂ ਕਰ ਹੀ ਦਈਏ ਟਾਇਰਾਂ ਦਾ। ਅਤੇ ਇੱਕ ਆਪਾਂ ਖੋਲ੍ਹ ਲਿਆ ਤਾਂ ਮਗਰਾੜ ਅਗਲਾ ਨਾ ਥੋੜ੍ਹਾ ਜਿਹਾ ਤੇੜ ਜਿਹੀ ਆਈ ਸੀ, ਅਤੇ ਮੈਂ ਚੱਲ ਫੈਵੀਕਵਿਕ ਲਾ ਕੇ ਇਹਨੂੰ ਸੁਕਾ ਦਿੰਦੇ ਹਾਂ। ਘੁੰਮ ਮੁੜ ਕੇ ਜ਼ਿਆਦਾ ਵਾਧਾ ਵਾਧਾ ਕੰਮ ਵੱਧ ਜਾਂਦਾ ਵਾ, ਅਤੇ ਹੁਣ ਤਾਂ ਜਿੱਥੇ ਗਿਆ ਉੱਥੇ ਕੱਢ ਜੂਗਾ। ਹਾਂਜੀ, ਨਾਲ ਆਪਣੇ ਗਈ ਆ ਦਿਲਨਾਜ, ਇਹ ਵਾ ਭੱਜੀ ਫਿਰਦੀ ਹੈ ਕਦੇ ਇਹਨੂੰ ਅਤੇ ਕਦੇ ਇਹਨੂੰ, ਅਤੇ ਸਿਰ ਸਿਰ ਨਾਤੀ ਆ ਜਾਂਦੀ, ਮੈਂ ਵੀ ਨਾਲ ਜਾਣਾ ਵਾ, ਚਲ ਆ ਜਾ ਤੂੰ ਵੀ। ਦੁਪਹਿਰ ਦਾ ਟਾਈਮ ਆ ਜੀ, ਗਰਮੀ ਵਾ ਵਾ, ਚਲ ਪੱਖਾ ਪੁੱਖਾ ਲਾਇਆ। ਪਹਿਲਾਂ ਬਦਲਿਆ ਆਪਾਂ ਅਗਲਾ ਟਾਇਰ, ਅਤੇ ਬਾਅਦ ਵਿੱਚ ਬਦਲਾਂਗੇ ਮਗਰਲਾ। ਅਗਲੇ ਟਾਇਰ 'ਚ ਆਪਾਂ ਟੂਬ ਜੀ ਨਵੀਂ ਪਾ ਦਿੱਤੀ ਆ, ਅਤੇ ਜਿਹੜਾ ਮਗਰਲਾ ਟਾਇਰ ਸੀ ਉਹਦੇ 'ਚ ਟੂਬ ਪਹਿਲੋ ਨਵੀਂ ਪਈ ਸੀ, ਥੋੜ੍ਹਾ ਜਿਹਾ ਰਿਪੇਅਰ ਪਾਈ ਨੂੰ, ਪੈਂਚਰ ਪਹੁੰਚਾਇਆ ਨਹੀਂ, ਅਤੇ ਉਹ ਫਿਰ ਉਹ ਨਵੀਂ ਤਾਂ ਨਹੀਂ ਪਾਈ ਉਹਨੂੰ, ਅਤੇ ਫਿਰ ਉਹ ਹੀ ਕੱਢ ਕੇ ਆਪਾਂ ਪਾ ਦਿੱਤੀ ਆ, ਅਤੇ ਨਵੀਂ ਆਪਾਂ ਰੱਖ ਲਵਾਂਗੇ, ਚਲੋ ਬਾਅਦ 'ਚ ਫਿਰ ਕਿਤੇ ਕੰਮ ਕੁੰਮ ਆ ਜਾਂਦੀ ਆ। ਹਾਂਜੀ, ਬਾਕੀ ਇੰਜਣ ਉਂਜਣ ਇਹਦਾ ਸਾਰਾ ਕੁਝ ਸਹੀ ਆ, ਅਤੇ ਟਾਇਰ ਹੀ ਥੋੜ੍ਹੇ ਡਾਊਨ ਕਰਕੇ ਇਹਨੂੰ ਫਾਲਟ ਪੈਂਦਾ ਸੀ, ਅਤੇ ਇੰਨਾ ਵੀ ਟਾਇਰਾਂ ਦਾ ਕੰਮ ਆਪਾਂ ਕਰ ਦੇਣ ਲੱਗੇ ਹਾਂ, ਅਤੇ ਬਾਕੀ ਇਹਨੂੰ ਹੌਲੀ ਹੌਲੀ ਆਪਾਂ ਵੀ ਜਿਹੜੀ ਕੋਈ ਚੀਜ਼ ਇਹਦੀ ਟੁੱਟਦੀ ਭੱਜਦੀ ਆਪਾਂ ਨਾਲ ਦੀ ਨਾਲ ਪਵਾ ਲਈ ਦੀ ਆ, ਅਤੇ ਬਾਕੀ ਦੇ ਨਿੱਕੇ ਮੋਟੇ ਕੰਮ ਜਿਹੜੇ ਆਪਾਂ ਬਾਅਦ 'ਚ ਕਰਾ ਲਵਾਂਗੇ ਹੌਲੀ ਹੌਲੀ। ਮੇਨ ਜ਼ਿਆਦਾ ਕੰਮ ਟਾਇਰਾਂ ਦਾ ਸੀ, ਉਹ ਟਾਇਰਾਂ ਦਾ ਆਪਣਾ ਕੰਮ ਅੱਜ ਹੋ ਗਿਆ ਵਾ। ਹਾਂਜੀ, ਜਿਹੜੇ ਆਪਣੇ ਚੈਨਲ ਦੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਵਧੀਆ ਲੱਗਦੀ ਅਤੇ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ। ਅਤੇ ਹਾਂਜੀ, ਤੁਸੀਂ ਵੇਖੋ ਵੀਡੀਓ, ਅਤੇ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਨਾਲ। ਧੰਨਵਾਦ।